ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ। ਆਓ ਜਾਣਦੇ ਹਾਂ ਪਿੰਡ ਰੋਲੂ ਮਾਜਰਾ ਦਾ ਇਹ ਨਾਮ ਕਿਵੇਂ ਪਿਆ। ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਰੋਲੂ ਮਾਜਰਾ ਰੂਪਨਗਰ ਬੇਲਾ ਸੜਕ ਤੋਂ 3 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਰੂਪਨਗਰ ਤੋਂ 17 ਕਿਲੋਮੀਟਰ ਦੂਰ ਅਤੇ ਚਮਕੌਰ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਪਿੰਡ ਦਾ ਬਾਨੀ ਰੁਲਦੂ ਖਾਨ ਮੁਸਲਮਾਨ ਸੀ, ਜਿਸ ਦੇ ਨਾਂ ਤੇ ਪਿੰਡ ਦਾ ਨਾਂ ਰੋਲੂ ਮਾਜਰਾ ਪਿਆ। ਮਾਜਰਾ ਜਾਂ ਮਾਜਰੀ ਇਸ ਜ਼ਿਲ੍ਹੇ ਦੇ ਹੋਰ ਕਈ ਪਿੰਡਾਂ ਨਾਲ ਲੱਗਦਾ ਹੈ। ਪਿੰਡ ਵਿੱਚ ਜ਼ਿਆਦਾ ਕੰਗ, ਗੋਤ ਤੇ ਜੱਟ ਕਿਸਾਨ ਹਨ। ਬਾਕੀ ਹਰੀਜਨ, ਕੁਮਾਰ, ਬ੍ਰਾਹਮਣ, ਨਾਈ ਅਤੇ ਛਿੰਬੇ ਜਾਤਾਂ ਦੇ ਲੋਕ ਹਨ। ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ। ਧੰਨਵਾਦ।